ਹੁਸ਼ਿਆਰਪੁਰ ਜੇਲ੍ਹ ਤੋਂ ਫਰੀਦਕੋਟ ਪੇਸ਼ੀ ਦੇ ਲਿਆਂਦਾ ਜਾ ਰਿਹਾ ਕੈਦੀ ਮੋਗਾ ਬਾਈਪਾਸ ਤੋਂ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਇਸ ਤੋਂ ਪਹਿਲਾਂ ਵੀ ਇੱਕ ਕੈਦੀ ਪੁਲਿਸ ਦੀ ਹਿਰਾਸਤ ਵਿੱਚੋਂ ਫਰਾਰ ਹੋ ਗਿਆ ਸੀ। ਦੱਸਿਆ ਜਾ ਰਿਹਾ ਕਿ ਜਿਹੜਾ ਕੈਦੀ ਫਰਾਰ ਹੋਇਆ ਹੈ ਉਸ ਉੱਤੇ ਪੰਜਾਬ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਅੱਧਾ ਦਰਜਨ ਦੇ ਕਰੀਬ ਧੋਖਾਧੜੀ ਦੇ ਮਾਮਲੇ ਦਰਜ ਨੇ। ਉਧਰ ਕੈਦੀ ਨੂੰ ਲਿਜਾ ਰਹੇ ਦੋਵਾਂ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਲਾਪਰਵਾਹੀ ਦਾ ਮਾਮਲਾ ਦਰਜ ਕਰਕੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪੁਲਿਸ ਦਾਅਵੇ ਕਰ ਰਹੀ ਹੈ ਕਿ ਫਰਾਰ ਹੋਏ ਕੈਦੀ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ, ਜਦਕਿ 20 ਜਨਵਰੀ ਨੂੰ ਫਰਾਰ ਹੋਣ ਵਾਲੇ ਕੈਦੀ ਦਾ ਪੁਲਿਸ ਹਾਲੇ ਤੱਕ ਕੋਈ ਥਾਂ ਪਤਾ ਨਹੀਂ ਲਗਾ ਸਕੀ। ਇਹ ਜਿਹੜਾ ਕੈਦੀ ਸੀਗਾ ਉਹਦਾ ਨਾਮ ਨਿਰਮਲ ਸਿੰਘ ਹੈ ਜੀ, ਔਰ ਇਹ 420 ਦੇ ਕੇਸ ਦੇ ਵਿੱਚ ਬੰਦ ਸੀਗਾ ਹੁਸ਼ਿਆਰਪੁਰ ਜੇਲ੍ਹ ਦੇ ਵਿੱਚ। ਉੱਥੋਂ ਦੋ ਮੁਲਾਜ਼ਮਾਂ ਨੂੰ ਲੈ ਕੇ ਚੱਲੇ ਸੀਗੇ, ਔਰ ਜਦੋਂ ਉਹਨਾਂ ਦੇ ਦੱਸਣ ਮੁਤਾਬਕ ਜਦੋਂ ਇਹ ਪਹੁੰਚੇ ਨੇ ਇੱਥੇ ਆ ਕੇ ਇਹਨਾਂ ਫਰੀਦਕੋਟ ਨੂੰ ਪੇਸ਼ ਕਰਨਾ ਸੀ ਕੋਰਟ ਦੇ ਵਿੱਚ, ਕਿਉਂਕਿ ਫਰੀਦਕੋਟ ਦੇ ਵਿੱਚ ਇਹਨਾਂ ਦੇ ਦੋ ਮੁਕੱਦਮੇ 420 ਦੇ ਦਰਜ ਨੇ। ਔਰ ਜਦੋਂ ਇਹਨਾਂ ਨੇ ਇੱਥੋਂ ਫਰੀਦਕੋਟ ਜਾਣਾ ਸੀ, ਇੱਥੋਂ ਜਾਣ ਦੀ ਬਜਾਏ ਇਹ ਕੋਟਪੁਰਾ ਬਾਈਪਾਸ 'ਤੇ ਚਲੇ ਗਏ, ਜਿੱਥੇ ਇਹਨਾਂ ਨੇ ਦੱਸਣ ਮੁਤਾਬਕ ਜਿਹੜਾ ਹੈਗਾ ਇਹਨਾਂ ਤੋਂ ਅਥਕੜੀ ਲਈ ਹੋਈ ਸੀਗੀ, ਅਥਕੜੀ 'ਚ ਹੱਥ ਕੱਢ ਕੇ ਉਹ ਮੌਕੇ ਤੋਂ ਭੱਜ ਗਿਆ, ਔਰ ਗੱਡੀ ਦੇ ਬਹਿ ਕੇ ਵਿੱਚ ਬੈਠ ਕੇ ਫਰਾਰ ਹੋ ਗਿਆ। ਸਕਾਰਪੀਓ ਸੀ ਔਰ ਉਹਦਾ ਕਲਰ ਸਿਲਵਰ ਟਾਈਪ ਸੀ, ਔਰ ਇੱਕ ਹੀ ਡਰਾਈਵਰ ਗੱਡੀ ਦੇ ਵਿੱਚ ਬੈਠਾ ਸੀ। ਇਹਦੀ ਅਸੀਂ ਪ੍ਰੋਪਰ ਇਨਵੈਸਟੀਗੇਸ਼ਨ ਕਰ ਰਹੇ ਹਾਂ, ਕੇਸ ਦਰਜ ਕਰ ਲਿਆ ਸੀ, ਔਰ ਜਿਸ ਤਰ੍ਹਾਂ ਦੀ ਕੋਈ ਇਨਵੈਸਟੀਗੇਸ਼ਨ ਦਾ ਰਿਜ਼ਲਟ ਹੋਇਆ ਉਹ ਦੁਬਾਰਾ ਤੁਹਾਨੂੰ ਦੱਸ ਲਵਾਂਗੇ। ਖਬਰਾਂ ਦੀ ਦੁਨੀਆ ਵਿੱਚ ਆਓ ਸਾਡੇ ਨਾਲ, ਕਦੇ ਵੀ ਕਿਤੇ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦਿਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।